ਅਸਲਾਮੁਅਲੈਕੁਮ ਕੈਸੇ ਮੇਰੇ ਭੈਣ ਭਰਾ ਉਮੀਦ ਕਰਦੇ ਹਾਂ ਸਾਰੇ ਖੈਰ ਹੋ ਗਏ ਸੋ ਅੱਲਾਹ ਪਾਕ ਆਪ ਲੋਗੋ ਖੈਰ ਹੋ ਗਏ ਇਸ ਦੇ ਖਿਲਾਫ ਅਕਸਰ ਦੇ ਵਿੱਚ ਆਦਰ ਉਸ ਦੀ ਇਨਸ਼ਾ ਅੱਲਾਹ ਬਰਕਤ ਦੇ ਸਾਂ ਆਮੀਨ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰਦੇ
ਦਿਨ ਹੋ ਗਏ ਸਾਡੇ ਕੋਲ ਤਕਰੀਬਨ, ਕੱਲ ਹੀ ਸਾਡਾ ਬਲੌਕ ਨਹੀਂ ਬਣ ਸਕਿਆ, ਕੁਛ ਮਜਬੂਰੀ ਪਰੇਸ਼ਾਨੀਆਂ ਵੀ ਤਾਂ ਆ ਹੀ ਜਾਂਦੀਆਂ। ਤੇ ਸਿਆਣੇ ਦੀ ਕਹਾਵਤ ਆ ਕਿ ਬਸ ਉਹਦੀਆਂ ਉਹ ਹੀ ਜਾਣ, ਉਹਦੇ ਰੰਗ ਜਿੱਥੇ ਰੱਖੇ ਲੈਣਾ ਪੈਂਦਾ। ਤੋ ਅਸੀਂ ਗਏ ਸੀ ਪ੍ਰਦੇਸ਼ ਥੋੜ੍ਹਾ ਜਿਹਾ ਮੀਆਂ ਚੱਲੋ ਮਹਿਮਾਨ ਤੌਰ, ਇਹੋ ਜਿਹੀ ਜਗ੍ਹਾ 'ਤੇ ਮਹਿਮਾਨ ਤੌਰ ਰੱਬ ਨਾ ਹੀ ਜਾਵੇ, ਕਿਉਂਕਿ ਜਿਹਨੂੰ ਲੱਗੀ ਹੁੰਦੀ ਪਤਾ ਉਹਨੂੰ ਹੁੰਦਾ। ਹਾਂਜੀ, ਜਿਹਨੂੰ ਲੱਗੀ ਹੋਵੇ, ਜਿਹਨੂੰ ਤਕਲੀਫ ਹੋਵੇ, ਜਿਹਨੂੰ ਦਰਦ ਹੋਵੇ, ਪਤਾ ਉਹਨੂੰ ਹੀ ਹੁੰਦਾ। ਜਿਹੜਾ ਉਤਲਾ ਹੁੰਦਾ ਉਹਨੂੰ ਕੀ ਪਤਾ, ਜਿਹਦੇ ਲਾਲ ਚਲੇ ਜਾਣ ਪਤਾ ਉਹਨਾਂ ਨੂੰ ਹੁੰਦਾ, ਉਹਨਾਂ ਨੂੰ ਪਤਾ। ਸਾਰਿਆਂ ਦੇ ਬੱਚਿਆਂ 'ਤੇ ਆਪਣੇ ਰਹਿਮਤ ਦੇ ਸਾਰੇ। ਤੋ ਜੀ ਸਾਡੀ ਮੀਆਂ ਜਦੋਂ ਫੌਤਕੀ ਹੋ ਚੁੱਕੀ ਸੀ, ਸ਼ਬੀਰ ਭਾਈ ਦੇ ਸਾਲੇ ਦਾ ਬੇਟਾ, ਕਿਉਂਕਿ ਸਿੱਧੀ ਵੇਲੇ ਪਤਾ ਵਿੱਚ ਨਹੀਂ ਲੱਗਦਾ। ਹਾਂਜੀ ਹਾਂਜੀ, ਕਾਸਰ ਦਾ ਪੁੱਤ ਸੀ, ਸ਼ਬੀਰ ਭਾਈ ਦੇ ਸਾਲਿਆਂ ਸੀ, ਇੱਕੋ ਹੀ ਬੇਟਾ ਸੀ ਬੇਚਾਰੇ ਦਾ, ਇੱਕੋ ਹੀ ਬੇਟਾ ਸੀ, ਤਕਰੀਬਨ 1.5 ਸਾਲ ਦਾ ਸੀ। ਤੇ ਬਸ ਗੱਲਾਂ ਜ਼ਿੰਦਗੀ ਦੀਆਂ, ਕੱਚੀ ਵੱਡੇ ਪੱਕੀ ਵੱਡੇ, ਉਹ ਤਾਂ ਮਾਲਕ ਨਾ ਦੇਖ ਲਓ ਕਿ ਨਾ ਉਹਨੂੰ ਤਾਂ ਕੋਈ ਸਿੱਟਾ ਨਿਕਲ ਦਿੱਤਾ, ਨਾ ਕੋਈ ਬੂਰ ਨਿਕਲ ਦਿੱਤਾ, ਨਾ ਉਹਨੂੰ ਕੋਈ ਪਾਣੀ ਲੱਗਣ ਦਿੱਤਾ, ਜ਼ਮੀਨ 'ਚ ਨਿਕਲਦੀ ਪਈ ਸੀ ਕੱਚੀ ਵੱਢ ਕੇ ਦੁਬਾਰਾ ਕਰਦੀ ਵੀ ਬਸ ਕੱਚੀ ਵੱਡੇ ਪੱਕੀ ਵੱਡੇ, ਉਹਦਾ ਰਿਜ਼ਕ ਆ, ਉਹਦਾ ਖੁਸ਼ ਹੈ ਉਹਦੀ ਨਾ, ਅਰਜ਼ੀ ਤਾਂ ਅਮਾਨਤ ਹੈ, ਉਹਦੀ ਅਮਾਨਤ ਆ, ਉਹ ਜੋ ਮਰਜ਼ੀ ਕਰੇ, ਜੋ ਮਰਜ਼ੀ ਚਾਹੇ, ਜਿਵੇਂ ਚਾਹੇ ਉਵੇਂ ਕਰ ਸਕੇ। ਤੋ ਸਬਰ ਦੇਵੇ ਉਹਨਾਂ ਦੇ ਮਾਂ ਪਿਓ ਨੂੰ, ਅੱਲਾ ਪਾਕ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਅੰਗ ਸਾਕਾਂ ਨੂੰ, ਕਿ ਜਿਹੜੇ ਹਾਲਾਤ ਮਾਂ ਪਿਓ ਦੇ ਦਿਲ 'ਤੇ ਗੁਜ਼ਰੇ, ਉੱਥੇ ਮਾਂ ਪਿਓ ਨੂੰ ਪਤਾ। ਹਾਂਜੀ ਹਾਂਜੀ ਬਿਲਕੁਲ, ਕਿਉਂ ਇੱਕ ਪੁੱਤਰ ਸੀ ਇਹਨਾਂ ਦਾ, ਦੋ ਬੇਟੀਆਂ ਸੀ ਵੱਡੀਆਂ, ਅਤੇ ਇੱਕ ਪੁੱਤਰ ਰੱਬ ਨੇ ਤਾਂ ਲਾਲ ਦਿੱਤਾ ਸੀ, ਪਰ ਕਿਆ ਬਾਤਾਂ ਸੀ ਲਾਲ ਦੀਆਂ। ਅਤੇ ਪੁੱਤ ਪੋਤੀ ਹੁੰਦੇ ਨਾ, ਭਾਵੇਂ ਕਾਲੇ ਹੋਣ ਅਤੇ ਭਾਵੇਂ ਚਿੱਟੇ ਹੋਣ, ਭਾਵੇਂ ਕੋਝੇ ਹੋਣ ਅਤੇ ਭਾਵੇਂ ਲੰਗੜੇ ਹੋਣ ਅਤੇ ਭਾਵੇਂ ਲੋਲੇ ਹੋਣ, ਪੋਤੇ ਫਿਰ ਪੋਤੀ ਹੁੰਦੇ ਨਾ ਹੀ ਇਹਨਾਂ ਦੇ ਬੁਲੰਦ ਆ ਜੀ। ਅਤੇ ਮਾਸ਼ਾਅੱਲਾ ਬਹੁਤ ਸੋਹਣਾ ਪੋਤ ਸੀ, ਮਗਰ ਪਰਸੋਂ ਅਸੀਂ ਮਿੱਟੀ 'ਤੇ ਮਿੱਟੀ ਦਮ ਦਮ ਨੱਚੇ, ਮਿੱਟੀ ਦੀ ਤਸਵੀਰ 'ਚ ਅਤੇ ਮਿੱਟੀ 'ਚ ਦਫ਼ਨ ਕਰ ਲਏ। ਅੱਲਾ ਪਾਕ ਦਾ ਮਾਲ ਸੀ ਬਿਲਕੁਲ, ਅੱਲਾ ਨੇ ਲੈ ਲਿਆ, ਉਹਦਾ ਮਾਲ, ਉਹਦਾ ਮਾਲ ਸੀ, ਉਹਦਾ ਸੀ ਜੋ ਮਰਜ਼ੀ ਕਰੇ। ਅੱਲਾ ਪਾਕ ਦੂਸਰਿਆਂ ਦੇ ਜਿਹੜੇ ਹੈਗੇ ਆ, ਅੱਲਾ ਪਾਕ ਸਾਡੀ ਤਮਾਮ ਯੂਟਿਊਬ ਵੇਖ ਲਓ, ਆਪਣੇ ਜ਼ਮਾਨ ਦੇ ਵਿੱਚ ਰੱਖੇ, ਅੱਲਾ ਪਾਕ ਸਿਹਤ ਦੇਵੇ, ਤੰਦਰੁਸਤੀ ਦੇ, ਹਮੇਸ਼ਾ ਅੱਲਾ ਪਾਕ ਰਹਿਣ ਦੇ ਸਾਥ ਰੱਖੇ, ਸਾਡੀਆਂ ਤਾਂ ਜੀ ਇਹ ਦੁਆਵਾਂ। ਆਮੀਨ ਜੀ ਆਮੀਨ ਬਿਲਕੁਲ। ਬਾਕੀ ਕਰਨਾ ਕੰਮ ਮੇਰੇ ਮਾਲਕ ਨੇ, ਸਿਆਣੇ ਕਹਿੰਦੇ ਆ ਕਿ ਦੁਨੀਆ 4 ਦਿਨ ਦੀ ਹੈ, ਚਲੋ ਚਲੇ ਦਾ ਮੁਕਾਮ ਹੈ, 4 ਦਿਨ ਦਾ ਪਤਾ ਨਹੀਂ ਕਦੋਂ ਮੁੱਕ ਜਾਣੀ। ਇਹ ਸਿਆਣੇ ਦੀ ਕਹਾਵਤ ਹੈ ਕਿ ਪਤਾ ਨਹੀਂ ਕਹਿੰਦਾ ਟਾਲੀ ਸੁੱਕ ਵੈਸੀ, ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਮੋੜ 'ਤੇ ਮੁੱਕ ਵੈਸੀ। ਇਹ ਅਮਾਨਤ ਆ, ਇਹ ਸਾਹ ਵਾ, ਦਮ ਆਵੇ ਜਾਂ ਨਾ ਆਵੇ, ਸਾਹ ਹਵਾ ਵਾ, ਨਿਕਲ ਗਈ ਗਈ ਤੇ ਗਈ। ਹਾਂਜੀ ਬਿਲਕੁਲ ਜੀ ਬਿਲਕੁਲ, ਗਈ ਅਤੇ ਗਈ, ਭੌਰ ਉੱਡ ਗਿਆ ਅਤੇ ਪਿੰਜਰਾ ਰਹਿ ਗਿਆ ਖਾਲੀ। ਭੌਰ ਕੌਣ ਆ? ਸਾਹ ਵਾ, ਰੂਹ ਆ। ਪਿੰਜਰਾ ਕਿਹੜਾ ਵਾ? ਆਹ ਤਨ ਆ ਜੀ, ਸੰਬੰਧ ਇਹ ਪਿੰਜਰਾ, ਇਹਦੇ ਅੰਦਰ ਤੜੀ ਹੋਈ ਹੈ ਰੂਹ, ਜਦੋਂ ਨਿਕਲ ਜਾਣੀ ਆ। ਜਾਨਵਰ ਇੱਕ, ਤੁਸੀਂ ਜਾਨਵਰ ਛੋਟਾ ਲਿਆ, ਸੋਹਣਾ ਜਿਹਾ ਖੂਬਸੂਰਤ ਇੱਕ ਲੋਹੇ ਦਾ ਜੰਗਲਾ ਬਣਾਇਆ, ਉਹਦੇ ਵਿੱਚ ਤੁਸੀਂ ਛੱਡਿਆ ਹੋਇਆ ਉਹ ਪਿੰਜਰਾ ਵਾ, ਪਿੰਜਰੇ ਛੱਡੇ ਜਦੋਂ ਛੱਡ ਤੋਂ ਬਾਹਰ ਕੱਢ ਦਿਉ ਅਤੇ ਖਾਲੀ ਹੋ ਗਿਆ ਨਾ। ਇਸ ਤਰ੍ਹਾਂ ਹੀ ਉਹ ਪਿੰਜਰਾ ਇੱਕ ਇਨਸਾਨ ਨੂੰ ਪਿੰਜਰਾ ਵਾ, ਅਤੇ ਉਹਦੇ ਵਿੱਚ ਜਿਹੜੀ ਰੂਹ ਆ ਉਹ ਇੱਕ ਭੌਰ ਆ, ਜਾਨਵਰ ਪਰਿੰਦਾ ਵਾ, ਉੱਡ ਗਿਆ, ਗਿਆ ਅਤੇ ਗਿਆ, ਫਿਰ ਵਾਪਸ ਨਹੀਂ ਆਉਣਾ, ਫਿਰ ਪਿੰਜਰਾ ਖਾਲੀ। ਹਾਂਜੀ ਹਾਂਜੀ
ਤੇ ਬਾਕੀ ਨਿਸ਼ਾਨੀਆਂ ਦੁਨੀਆਂ ਦੀਆਂ ਨਾਲ ਹੀ ਸਾਰੇ ਪੈਣ। ਉਹ ਤਾਂ ਫਿਰ ਕਿੱਦਾਂ ਨਾ, ਹੁਣ ਦੇਖੋ ਨਾ ਕਿ ਚਾ ਮਹਿਮਾਨ ਤੌਰ ਜੱਗ ਮਾਹੀ ਦਾ ਵਸੇ ਕੋਈ ਰੋਵੇ ਕੋਈ ਵਸੇ ਕਿਤੇ ਖੁਸ਼ੀ ਕਿਤੇ ਗਮ, ਇਹ ਉਹਦੇ ਹੀ ਹੈ ਸਾਰਾ ਕੁਛ, ਤੇ ਇਹ ਉਹਦਾ ਦੇਣ ਆ। ਕਿਤੇ ਕਿਸੇ ਨੂੰ ਕਿਸੇ ਹਾਲ 'ਚ ਰੱਖ ਸਕਦਾ, ਕਦੀ ਕਿਸੇ ਨੂੰ ਕਿਸੇ ਹਾਲ 'ਚ, ਕਿਸੇ ਨੂੰ ਖੁਸ਼ੀ ਦੀ, ਕਿਸੇ ਨੂੰ ਗਮ, ਇਹ ਸਾਰੇ ਇਸ ਨਾਲ। ਪਿਛਲੇ ਸਾਲ ਅਸੀਂ ਅਲਹਮਦੁਲਿਲਾ ਅੱਲਾ ਦੀ ਰਹਿਮਤ ਨਾਲ, ਸ਼ੁਕਰ ਆ ਅੱਲਾ ਦੀ ਜ਼ਾਤ ਦਾ ਕਿ ਕੁਰਬਾਨੀ ਸੀ ਆਪਣੀ ਸਾਡੀ ਘਰ ਦੀ, ਅਤੇ ਇਹ ਹੈਗਾ ਉਹਦਾ ਦੇਣ। ਉਹ ਜਿੱਥੇ ਰੱਖੇ ਰਹਿਣਾ ਪੈਂਦਾ। ਪਿਛਲੇ ਸਾਲ ਮੇਰੀ ਆਪਣੀ ਖੁਦ ਕੁਰਬਾਨੀ, ਮੇਰੇ ਘਰ ਦਾ ਛਤਰਾ ਸੀ ਮਾਸ਼ਾਅੱਲਾ, ਮੈਂ ਕੀਤਾ ਕੁਰਬਾਨੀ, ਪਿੱਛੇ ਵੀ ਕਰਦੇ ਹਾਂ ਅੱਲਾ ਖੈਰ ਕਰੇ। ਹਾਂਜੀ, ਤੋ ਜਿੰਨੀ ਕੁ ਆਪਣੀ ਤਫੀਕ ਹੁੰਦੀ ਇਨਸਾਨ ਉੰਨੀ ਕੁ ਕਰਦਾ, ਅਤੇ ਅੱਜ ਕੀ ਤਫੀਕ ਨਹੀਂ ਬਣੀ ਕਿਉਂਕਿ ਕੁਛ ਕਣਕ ਦੇ ਹਾਲਾਤ, ਕਣਕ ਨੇ ਸਾਥ ਦਿੱਤਾ। ਹਾਂਜੀ, ਕੋਈ ਥੋੜ੍ਹੀ ਹੋਈ, ਕੋਈ ਠੇਕਾ ਹੀ ਇੰਨੇ ਖੱਡੇ ਹੋ ਗਏ ਕਿ ਠੇਕਾ ਵੀ ਪੂਰਾ ਨਹੀਂ ਲੱਗਾ ਸਾਡੇ ਕੋਲ, ਪੂਰਾ ਮਾਲਕ ਨੂੰ ਠੇਕਾ ਵੀ ਨਹੀਂ ਦੇ ਹੋਇਆ ਕਣਕ ਵੇਚ ਕੇ। ਇਹ ਹੈਗੀਆਂ ਸਾਰੀਆਂ, ਕਿਤੇ ਜ਼ਿਆਦਾ ਕਿਤੇ ਥੋੜ੍ਹਾ ਕਿਤੇ ਬਹੁਤਾ, ਅਤੇ ਮਗਰ ਅੱਲਾਹ ਪਾਕ ਆਪਣੀ ਜਨਾਬ 'ਚੋਂ ਦੇਵੇ, ਆਪਣੇ ਘਰੋਂ ਦੇਵੇ, ਅਲਹਮਦੁਲਿਲਾ। ਇਹ ਤਾਂ ਫਿਰ ਚੱਲਦੇ ਰਹਿੰਦੇ ਇਨਾਮ ਦੁਨੀਆਂ ਦੇ ਨਾਲ, ਇੱਕ ਮੈਂ ਹੀ ਨਹੀਂ, ਕਈ ਲੋਕ ਐਸੇ ਜਿਹੜੇ ਕੁਰਬਾਨੀ ਅੱਗੇ ਦਿੰਦੇ ਜਿਹੜੇ ਨਹੀਂ ਦੇ ਸਕਦੇ, ਇਕੱਲਾ ਮੈਂ ਹੀ ਨਹੀਂ ਹੈ। ਚਲੋ ਜੀ, ਅੱਲਾਹ ਪਾਕ ਜਿਹੜੇ ਭੈਣਾਂ ਭਰਾਵਾਂ ਨੇ ਦੇ ਰਹੇ, ਅੱਲਾਹ ਉਹਨਾਂ ਨੇ ਵੀ ਕਬੂਲ ਕਰੇ ਜੀ, ਕਬੂਲ ਕਰੇ, ਬਿਲਕੁਲ ਬਿਲਕੁਲ। ਸਾਡੀਆਂ ਤਾਂ ਦੁਆਵਾਂ ਵਾ ਤੇ ਅੱਲਾਹ ਕਿਸੇ ਦੇ ਸਦਕੇ ਸਾਡੇ ਬੱਚਿਆਂ ਨੂੰ ਸਾਨੂੰ ਵੀ ਤੰਦਰੁਸਤ ਦੇਵੇ। ਕੋਈ ਗੱਲ ਨਹੀਂ, ਇਸ ਸਾਲ ਨਹੀਂ ਤੇ ਅਗਲੇ ਸਾਲ ਨੂੰ ਜੀਂਦੇ ਰਹਿ ਗਏ ਤੇ ਬਸ਼ਰਦੇ ਜ਼ਿੰਦਗੀ। ਹਾਂ, ਗੱਲਾਂ ਤਾਂ ਹੈਗੀਆਂ ਨਾ ਜ਼ਿੰਦਗੀ ਦੀਆਂ। ਐਤਕੀ ਜਾਨਵਰ ਹੈਗੇ ਵੀ ਸੀ ਸਾਡੇ ਕੋਲੇ ਜੀ, ਦੋ ਛਤਰੇ। ਅਸੀਂ ਜਦੋਂ ਆਪਣੇ ਕਮਰੇ ਕੁਮਰੇ ਬਣਾਏ ਆ ਉਸ ਟਾਈਮ ਫਿਰ ਮਜ਼ਦੂਰੀ ਵੀ ਦੇਣੀ ਸੀ, ਲੇਕਿਨ ਅਸੀਂ ਉਸ ਟਾਈਮ ਵੇਚਦੇ ਸੀ ਉਹ। ਹਾਂਜੀ, ਇਹਨੇ ਤੇ ਕੁਰਬਾਨੀ ਤਾਂ ਆਪਣੀ ਆਪਣੇ ਘਰ ਦੀ ਹੋ ਜਾਣੀ ਸੀ, ਫਿਰ ਜਦੋਂ ਨਾ ਵੇਚਦੇ ਤਾਂ ਫਲ ਲੈ ਕੇ ਜਿਹੜੇ ਮਿਸਤਰੀ ਆ ਉਹ ਅਗਲੇ ਆਉਂਦੇ ਸੀ ਜੁਮੇ ਰਾਤ ਵਾਲੇ ਦਿਨ ਹਿਸਾਬ ਵਿੱਚ ਰੱਖ ਦੇਊਗਾ ਤੇ ਇਨਸ਼ਾਅੱਲਾ ਕੋਈ ਬੂਆ ਨਹੀਂ ਆੜੀਏ ਖੜਕਾਊਗਾ। ਹਾਂਜੀ ਹਾਂਜੀ, ਜਿਨ੍ਹਾਂ ਦੇ ਦੇਣੇ ਵੀ ਨਾ ਉਹ ਵੀ ਇਨਸ਼ਾਅੱਲਾ ਬੂਆ ਨਹੀਂ ਖੜਕਾਉਣਗੇ ਕਿਸੇ ਵੀ ਪੈਸੇ ਸਾਡੇ ਰੱਖ। ਹਾਂਜੀ ਬਿਲਕੁਲ, ਸਿਰਫ ਇਹ ਗੱਲ ਹੁੰਦੀ ਹੈ ਜ਼ਬਾਨ ਦੀ, ਅਗਲੇ ਨੂੰ ਪਤਾ ਜਦੋਂ ਇਹਦੇ ਆਏ ਨਹੀਂ ਦੇਈ ਦੇਣ ਕਿਤੇ ਨਹੀਂ ਆਉਂਦੇ ਪੈਸੇ। ਹਾਂਜੀ, ਤੇ ਬਾਕੀ ਜਿਹੜਾ ਸਭ ਦਾ ਬਾਕੀ ਅੱਲਾ ਪਾਕ ਸਾਰੇ ਹੁਣ ਰਾਸ਼ਨ ਲੈਂਦੇ ਰਹੇ ਵਾਢੀ ਵਿੱਚ, ਵੇਖੋ ਦੁਕਾਨ ਤੇ ਹੁਣ ਕਿੰਨੇ ਪੈਸੇ ਖੜੇ, ਉਹਨਾਂ ਨੂੰ ਪਤਾ ਨਾ, ਸਾਨੂੰ ਤਾਂ ਪਤਾ ਨਾ, ਨਾ ਵੀ ਮੰਗਣ ਸਾਨੂੰ ਪਤਾ ਅਸੀਂ ਦੇਣੇ ਹੋਣ ਸਹੀ। ਹਾਂਜੀ, ਦੇਣੇ ਹੋਣ ਸਹੀ ਬੰਦੇ ਨੂੰ, ਤੇ ਬਾਕੀ ਸਾਰੇ ਦੇਖ ਜਾਂਦੇ ਤੇ ਕੋਈ ਗੱਲ ਨਹੀਂ। ਅਲਹਮਦੁਲਿਲਾ ਔਖੇ ਸੌਖੇ ਦਿਨ ਬੰਦੇ ਤੇ ਆ ਜਾਂਦੇ ਨੇ, ਕਹਿੰਦਾ ਔਖੇ ਵਕਤ ਵੀ ਆ ਵੇਂਦੇ ਤੋੜ ਪਾਉਣ ਤੇ ਕਿੱਥੇ ਲੱਖਾਂ ਕਮਰਾ ਵੇਂਦੇ। ਤੋ ਇਨਸਾਨ ਨੂੰ ਦੇਖੋ ਨਾ ਇਸ ਤਰ੍ਹਾਂ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਕੰਮ 'ਤੇ, ਹਰ ਕੰਮ 'ਤੇ ਜਿਸ ਤਰ੍ਹਾਂ ਵੀ ਕਿਸੇ ਨੂੰ ਨਖੇੜਨਾ ਨਹੀਂ ਚਾਹੀਦਾ, ਕਿਸੇ ਭੈਣ ਭਰਾ ਨੂੰ ਜੋੜਨ ਲਈ ਕੋਸ਼ਿਸ਼ ਕਰੋ ਕਿ ਜੁੜ ਜਾਣ, ਕੋਸ਼ਿਸ਼ ਇਹ ਕਰੋ ਕਿ ਭੈਣ ਭਰਾ ਦੋ ਸਿਰ ਜੁੜ ਜਾਣ, ਅਤੇ ਇਹ ਨਹੀਂ ਹੋਣਾ ਚਾਹੀਦਾ ਵੀ ਜੋੜ ਕੇ ਜਿਹੜੇ ਦੋ ਸਿਰ ਜੋੜ ਦਿੱਤੇ ਆ, ਜੋੜਨ ਦੇ ਨਾਲ ਚਾਰ ਸਿਰ ਨਖੇੜ ਦਿੱਤੇ, ਤਾਂ ਇਹ ਤਾਂ ਗੱਲ ਹੋਈ। ਹਾਂਜੀ, ਦੋ ਜੋੜਿਆਂ ਦਾ ਕੀ ਫਾਇਦਾ ਆਇਆ ਜੇ ਚਾਰ ਨਖੇੜਨੇ ਹੀ ਆ, ਚਾਰ ਜੇ ਨਿਖੜੀ ਲਾੜੀ ਪੈਣ ਤੇ ਜਿਹੜੇ ਦੋ ਜੋੜੇ ਉਹਨਾਂ ਜੋੜਨ ਦਾ ਤਾਂ ਕੋਈ ਫਾਇਦਾ ਨਾ ਆਇਆ। ਹਾਂਜੀ, ਜੋੜਨੇ ਤਾਂ ਫਿਰ ਸਾਰੇ ਇੱਕੋ ਵਾਰੀ ਸਾਰੇ ਇਕੱਠੇ ਜੋੜੇ ਨਾ, ਇੱਕ ਬੰਦਾ ਵਿੱਚ ਇਹ ਤਾਂ ਗੱਲ ਕੋਈ ਨਹੀਂ, ਜਿਹੜੇ ਅਸਲ ਮਾਲਕ ਉਹ ਘਰੋਂ ਕੱਢੇ ਜਾਣ, ਜਿਹੜੇ ਅਸਲ ਮਾਲਕ ਆ ਯਾਨੀ ਕਿ ਘਰ ਦੇ ਸਰਬਰਾ ਹੁੰਦੇ ਵੱਡੇ, ਜਿਹੜੇ ਉਹਦੇ ਸਰਬਰਾ ਹੁੰਦੇ ਉਹ ਘਰੋਂ ਕੱਢੇ ਜਾਣ, ਅਤੇ ਦੂਸਰੇ ਤੀਸਰੇ ਆਣ ਕੇ ਉੱਥੇ ਘਰ ਦੇ ਸਰਬਰਾ ਬਣ ਜਾਣ, ਇਹ ਵੀ ਗੱਲ ਹੋਈ। ਬਾਕੀ ਭੈਣ ਭਰਾ ਸਾਡੇ ਸਾਰੇ ਦੇਖ ਰਹੇ ਨੇ ਅਤੇ ਗੱਲਾਂ ਕਰਨ ਵਾਸਤੇ ਹੁੰਦੀਆਂ, ਗੱਲਾਂ ਕਰਨੀਆਂ ਚਾਹੀਦੀਆਂ ਇਸ ਵਾਰ, ਇਹ ਨਹੀਂ ਕਿ ਗੱਲ ਲਕੌਸ਼ ਪੋ ਕੇ ਅਤੇ ਇੱਧਰ ਅਤੇ ਉੱਧਰ ਕਦੇ ਜਾ, ਨਹੀਂ, ਡੰਡੀ ਨਹੀਂ ਮਾਰਨੀ ਚਾਹੀਦੀ, ਡੰਡੀ ਨਹੀਂ ਮਾਰਨੀ ਚਾਹੀਦੀ। ਕਹਿੰਦੇ ਬੋਲ ਅਤੇ ਤੋਲ ਇਹਦੇ ਵਿੱਚ ਝੋਕ ਨਹੀਂ ਹੋਣੀ ਚਾਹੀਦੀ, ਬੋਲ ਅਤੇ ਤੋਲ ਦੇ ਵਿੱਚ ਝੋਕ ਨਹੀਂ ਹੋਣੀ ਚਾਹੀਦੀ, ਜਿਹੜਾ ਇਨਸਾਨ ਬੋਲ ਅਤੇ ਤੋਲ ਦੇ ਵਿੱਚ ਝੋਕ ਮਾਰਦਾ ਨਾ ਉਹਦੀ ਬਖਸ਼ਿਸ਼ ਹੋ ਜਾਵੇ। ਇਨਸ਼ਾਅੱਲਾ ਇੱਦਾਂ ਹੀ ਹੈ ਜੀ, ਸੱਚੀਆਂ ਦੀਆਂ ਸੱਚੀਆਂ ਗੱਲਾਂ ਕਰ ਤਾਂ ਲਈਦੀਆਂ, ਲੇਕਿਨ ਸੱਚੀਆਂ ਸਿਆਣੇ ਵੱਡੇ ਕਹਿੰਦੇ ਹੁੰਦੇ ਸੀ ਹਮੇਸ਼ਾ ਕੜਵੀਆਂ ਲੱਗਦੀਆਂ। ਸੱਚ ਕੜਵਾ ਹੁੰਦਾ ਵਾ, ਸੱਚ ਦਾ ਬਾਅਦ ਚ ਪਤਾ ਲੱਗਦਾ। ਹਾਂਜੀ, ਬਾਕੀ ਸੱਚ ਸੱਚ ਹੀ ਹੈ, ਝੂਠ ਝੂਠ ਸੀ, ਝੂਠ ਝੂਠ ਹੀ। ਹਾਂਜੀ, ਤੇ ਇਨਸ਼ਾਅੱਲਾ ਪੁੱਛਣਾ ਚਾਹਾਂਗੇ ਭੈਣ ਭਰਾ, ਤੇ ਇਨਸ਼ਾਅੱਲਾ ਅਸੀਂ ਦੱਸਾਂਗੇ।
ਕੀ ਕਿਹਾ ਸੀ? ਅਸੀਂ ਝੂਠ ਜ਼ਿੰਦਗੀ 'ਚ ਤਾਂ ਬੋਲਿਆ ਨਹੀਂ, ਨਾ ਬੋਲਾਂਗੇ। ਕੋਈ ਬੰਦਾ ਭੈਣ ਭਰਾ ਚੈਨਲ ਦਾ ਬਣਿਆ ਪਿਆ, ਇਨਸ਼ਾਅੱਲਾ ਬਾਅਦ ਜਿਹਾ ਕਹਿ ਰਿਹਾ ਕਿ ਬੰਦਾ ਕੋਈ ਮੈਨੂੰ ਸਾਬਤ ਕਰ ਦੇਵੇ ਝੂਠ, ਤਾਬੇਦਾਰ ਜੋ ਚੋਰ ਸਜ਼ਾ ਦੀ ਉਹ ਸਜ਼ਾ ਜਿਹੜੀ ਚੋਰ ਦੀ ਸਾਡੀ, ਨਹੀਂ ਤਾਂ ਫਿਰ ਅਸੀਂ ਸਾਬਤ ਕਰਦੇ ਹਾਂ ਵੀ ਝੂਠ ਕੀ ਹੈ ਅਤੇ ਸੱਚ ਕੀ ਹੈ। ਸਾਨੂੰ ਪੁੱਛੇ ਤਾਂ ਇਨਸ਼ਾਅੱਲਾ ਦੱਸਾਂਗੇ ਵੀ ਸੱਚ ਕੀ ਆ ਅਤੇ ਝੂਠ ਕੀ। ਨਿਸ਼ਾਨ ਐਵੇਂ ਬਸ ਉਹ ਮੈਨੂੰ ਦੱਸਾਂ ਜੀ, ਮੇਰੇ ਕੋਲ ਤਾਂ ਆਹ ਟੋਕਰੀ ਲੈਣ ਦੀ ਹਿੰਮਤ ਨਹੀਂ ਹੈਗੀ। ਆਹ ਟੋਕਰੀ ਮੇਰੇ ਕੋਲ ਪਈ ਹੈ ਨਾ, ਮੇਰੇ ਕੋਲ ਟੋਕਰੀ ਲੈਣ ਦੀ ਹਿੰਮਤ ਨਹੀਂ ਤਾਂ ਮੈਂ ਕਹਾਂ ਮੈਂ ਪਰਾਤ ਲੈਣੀ ਹੈ ਸਟੀਲ ਦੀ, ਪਰਾਤ ਸਟੀਲ ਦੀ ਲੈਣੀ ਆ। ਜਦੋਂ ਹਿੰਮਤ ਮੇਰੇ ਕੋਲ ਟੋਕਰੀ ਦੀ, ਪਰਾਤ ਮੈਂ ਕਿਵੇਂ ਲੈ ਲਊਂਗਾ? ਅਤੇ ਨਿਸ਼ਾਨ ਨੂੰ ਥੋੜ੍ਹਾ ਸੋਚਣਾ ਚਾਹੀਦਾ। ਜਿਵੇਂ ਸਿਆਣੇ ਕਹਿੰਦੇ ਕਿ ਕੋਈ ਭੈਣ ਭਰਾ ਹੱਥ ਦੇਵੇ ਨਾ ਤਾਂ ਬਾਂਹ ਨਹੀਂ ਖਾਣੀ ਚਾਹੀਦੀ, ਬਾਂਹ ਨਹੀਂ ਨਿਕਲਣੀ ਚਾਹੀਦੀ, ਉਹ ਜਿੰਨਾ ਕੁ ਹੋਵੇ ਓਨਾ ਹੀ ਕਰਨਾ ਚਾਹੀਦਾ। ਅਤੇ ਦੇ ਤਾਂ ਸਾਨੂੰ ਬਾਹਰ ਵਾਲੇ ਭੈਣ ਭਰਾ ਰਹੇ ਅਤੇ ਆਕੜਾਂ ਸਾਡੀਆਂ ਨਹੀਂ, ਸਾਹ ਨਹੀਂ। ਮੈਂ ਸਬਜ਼ੀ ਲੈ ਕੇ ਜਾਂਦਾ ਤੇ ਮੇਰਾ ਉੱਥੇ ਆਕੜ ਦਾ ਜਾਂ ਚੌੜਾ ਹੋ ਕੇ ਮੰਜੇ ਤੇ ਬੈਠਣ ਦਾ ਕੋਈ ਕੰਮ ਨਹੀਂ। ਮੇਰਾ ਕੰਮ ਆ ਗੇਟ ਖੜਕਾਇਆ, ਬਾਹਰੋਂ ਬਾਹਰ ਸਬਜ਼ੀ ਦਿੱਤੀ ਤੇ ਆਪਣੇ ਘਰ। ਜਦੋਂ ਬਾਹਰੋਂ ਇੱਕ ਮਾਨਤ ਆਈ ਹੈ, ਮੇਰਾ ਮੈਂ ਕੌਣ ਦੇਣ ਵਾਲਾ? ਮੇਰਾ ਤਾਂ ਕਿਸੇ ਕੋਈ ਤਾਂ ਲੱਗ ਰਿਹਾ ਨਾ, ਦਿੱਤੀ ਤਾਂ ਬਾਹਰ ਵਾਲੇ ਭੈਣ ਭਰਾਵਾਂ ਨੇ। ਮੇਰਾ ਕੰਮ ਆ ਜਾ ਕੇ ਦੇ ਕੇ ਅਤੇ ਬਸ ਉਹਨਾਂ ਦੀ ਅਮਾਨਤ ਪਹੁੰਚਾ ਕੇ, ਹਾਂ ਉਹਨਾਂ ਨੂੰ ਸਬੂਤ ਦੇਣਾ, ਸਬੂਤ ਦਿਓ, ਦੇ ਕੇ ਸਬੂਤ 'ਤੇ ਵਾਪਸ ਆਏ ਅਤੇ ਬਾਈ ਵਾਹ ਗੱਲਾਂ ਨਹੀਂ ਕਰਦੇ, ਬਹੁਤ ਗੱਲਾਂ ਵਾ ਮੇਰੇ ਕੋਲ। ਅਤੇ ਬਾਕੀ ਕੋਈ ਨਹੀਂ, ਗੱਲਾਂ ਕਰਨ ਦਾ ਜਦੋਂ ਗੱਲਾਂ ਉੱਥੇ ਬੰਦਾ ਕਰੇ ਜਿੱਥੇ ਇਨਸਾਫ ਵੀ ਹੋਵੇ, ਜਿੱਥੇ ਇਨਸਾਫ ਨਾਲ ਇਨਸਾਨ ਦੇ ਨਾਲ ਹੋਵੇ ਉੱਥੇ ਗੱਲਾਂ ਕਰਨ ਦਾ ਫਾਇਦਾ ਹੀ ਕੋਈ ਨਹੀਂ ਹੈਗਾ। ਅੱਲਾਹ ਪਾਕ ਜੀ ਸਾਰਿਆਂ ਨੂੰ ਬਸ ਤੰਦਰੁਸਤੀ ਵਸੀ, ਬਸ ਬਸ ਸਾਡੀਆਂ ਤਾਂ ਦੁਆਵਾਂ ਅਤੇ ਹਰ ਇਨਸਾਨ ਆਪਣੇ ਮਕਸਦ ਜਿੰਨੇ ਕਰਨੀ ਉਹਨੇ ਹੀ ਭਰਨੀ ਸਿਆਣੇ ਨੇ, ਜੋ ਕਰੂ ਜੋ ਸੋ ਕਰੂ। ਹਾਂਜੀ, ਅਤੇ ਅੱਲਾਹ ਖੈਰ ਕਰੇ, ਬਸ ਅੱਲਾਹ ਸਾਰੇ ਤੰਦਰੁਸਤੀ ਦੇਵੇ ਭੈਣਾਂ ਭਰਾਵਾਂ, ਜਿੰਨੇ ਸਾਡੇ ਪ੍ਰਦੇਸ਼ਾਂ 'ਚ ਭੈਣਾਂ ਭਰਾ ਬੈਠੇ ਆ, ਸਾਡੀ ਫੈਮਿਲੀਆਂ ਪਿਆਰੀਆਂ ਪਿਆਰੀਆਂ, ਅੱਲਾਹ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ ਔਰ ਸਿਹਤ ਵਾਲੀ ਜ਼ਿੰਦਗੀ ਦੇਵੇ, ਸੋਹਣੇ ਮਦੀਨੇ ਵਾਲੇ ਦੀ ਜ਼ਿਆਰਤ ਕਰਾਵੇ, ਕਾਲੇ ਕੰਬਲੀ ਵਾਲੇ ਦਾ ਰੋਜ਼ਾ ਦੇਵੇ। ਆਮੀਨ, ਸਾਡੀਆਂ ਹਮੇਸ਼ਾ ਦੁਆਵਾਂ, ਅਸੀਂ ਹਮੇਸ਼ਾ ਖੁਸ਼ ਆ। ਹਾਂਜੀ, ਕੋਈ ਟੈਨਸ਼ਨ ਨਹੀਂ, ਯਕੀਨ ਕਰ ਲਓ, ਮਗਰ ਟੈਨਸ਼ਨ ਥੋੜ੍ਹੀ ਜਿਹੀ ਆਉਂਦੀ ਤਾਂ ਹੈ। ਅਲਹਮਦੁਲਿਲਾ, ਦੇਖੋ ਨਾ, ਇੱਕ ਨਜਾਇਜ਼ ਨਾ ਕੋਈ ਕਰੇ, ਜਾਇਜ਼ ਨਾ ਕਰੇ, ਜਾਇਜ਼ ਕਰੇ ਟੈਨਸ਼ਨ ਕੋਈ। ਅਗਰ ਮੈਂ ਕਹਿੰਦਾ ਕਿਸੇ ਭੈਣ ਭਰਾ ਨੂੰ ਮੇਰੇ ਵੱਲੋਂ ਕੋਈ ਡਾਊਟ ਹੋਵੇ, ਕੋਈ ਸ਼ੱਕ ਹੋਵੇ, ਕੋਈ ਸ਼ੁਭਾ ਹੋਵੇ, ਵੀ ਸ਼ਫੀਕ ਨੇ ਊਚ ਨੀਚ ਵਾਧਾ ਘਾਟਾ ਸੂਈ ਦਾ ਵੀ ਕੀਤਾ ਵਾ ਤੇ ਸ਼ਫੀਕ ਦੀ ਬਾਂਹ ਖੜੀ ਹੈ, ਸ਼ਫੀਕ ਨੂੰ ਸ਼ਰਿਆਮ ਪੁੱਛ ਸਕਦੇ ਤੇ ਐਵੇਂ ਉਹ ਕਿੱਦਾਂ ਕਹਿੰਦੇ ਨਾ ਵੀ ਦੂਸਰੇ ਦੇ ਮਗਰ ਲੱਗ ਕੇ ਤੇ ਸ਼ਫੀਕ ਨਾਲ ਗੁੱਸੇ ਹੋ ਜਾਣਾ, ਸ਼ਫੀਕ ਨਾਲ ਰਾਜ ਹੋ ਜਾਣਾ, ਫਿਰ ਦੁੱਖ ਤੇ ਲੱਗਦਾ ਨਾ ਜੀ। ਅਲਹਮਦੁਲਿਲਾ, ਅਰਮਾਨ ਤੇ ਲੱਗਦਾ ਨਾ ਫਿਰ ਬੰਦੇ ਤੇ ਇਹ ਗੱਲ ਪੁੱਛਣੀ ਦੱਸਣੀ ਚਾਹੀਦੀ, ਪੁੱਛਣੀ ਦੱਸਣੀ ਚਾਹੀਦੀ। ਜੱਗ ਤਰਫਾ ਫੈਸਲਾ ਨਹੀਂ ਕਰਨਾ ਚਾਹੀਦਾ, ਫੈਸਲਾ ਕਰੋ ਦੋਨੇ ਪਾਸੇ ਸੁਣ ਕੇ, ਹਾਂਜੀ, ਫਿਰ ਉਸ ਗੱਲ ਦਾ ਫੈਸਲਾ ਕਰੋ ਵੀ ਸੱਚ ਕੀ ਹੈ ਝੂਠ ਕੀ ਹੈ। ਝੂਠ ਕੌਣ ਬੋਲਦਾ ਤੇ ਸੱਚ ਕੌਣ ਬੋਲਦਾ, ਉਹ ਤਾਂ ਸਾਡੇ ਭੈਣਾਂ ਭਰਾਵਾਂ ਤੇ ਜਦੋਂ ਸਿਰ ਦਿੱਤੀ ਹਰ ਗੱਲ, ਅਲਹਮਦੁਲਿਲਾ ਭੈਣਾਂ ਭਰਾਵਾਂ ਨੇ ਫੈਸਲਾ, ਸੱਚ ਝੂਠ ਦਾ ਤੇ ਫੈਸਲਾ ਹੋਣਾ ਚਾਹੀਦਾ ਨਾ। ਗੱਲਾਂ ਤੇ ਬੰਦਾ ਹੁਣ ਦੇਖੋ ਨਾ, ਮੈਂ ਹੁਣ ਬੈਠਾ ਇੱਥੇ ਕਰੀ ਜਾਂਦਾ ਜੀ ਮੈਂ ਅੰਜਾ ਜੀ ਤਾਂ ਮੈਂ ਉਂਝਾ ਜੀ ਤੇ ਬਾਦਸ਼ਾਹ ਨੂੰ ਬੰਦੇ ਕਹਿ ਲੈਂਦੇ ਗੱਲ ਕੰਡੋ ਪਿੱਛੇ, ਤਾਂ ਚੱਸ ਤਾਂ ਅਗਲੇ ਦੇ ਮੂੰਹ ਤੇ ਕਹੇ ਬੰਦਾ ਵੀ ਆਹ ਗੱਲ ਬਾਈ ਏਦਾਂ ਨਹੀਂ, ਏਦਾਂ ਵਾ ਤੂੰ ਇਸ ਗੱਲ ਵਿੱਚ ਝੂਠਾ ਵਾ, ਤੇ ਅਗਲੇ ਨੂੰ ਵੀ ਅਰਮਾਨ ਨਹੀਂ ਹੁੰਦਾ ਵੀ ਹਾਂ ਯਾਰ ਜਦੋਂ ਮੈਂ ਗੱਲ ਕੀਤੀ ਹੈ ਤੇ ਫਿਰ ਮੈਂ ਝੂਠਾ ਵੀ ਬਿਲਕੁਲ। ਜਦੋਂ ਫਿਰ ਇੱਕ ਗੱਲ ਕੀਤੀ ਨਾ ਹੋਵੇ, ਨਜਾਇਜ਼ ਗੱਲਾਂ ਪੈ ਜਾਣ, ਗੱਲਾਂ ਸਿਰੇ ਲੱਗ ਜਾਣ, ਉਹ ਵੀ ਗੱਲ ਚੰਗੀ ਕੋਈ ਨਹੀਂ। ਜਾਂ ਫਿਰ ਗੱਲ ਦਾ ਫੈਸਲਾ ਹੋਵੇ, ਗੱਲ ਦਾ ਫੈਸਲਾ ਕਰਕੇ ਫਿਰ ਬੰਦਾ ਛੱਡੇ ਨਾ ਇੱਕ ਦੂਜੇ ਨੂੰ, ਫਿਰ ਅਰਮਾਨ ਨਹੀਂ ਹੁੰਦਾ ਬੰਦੇ ਨੂੰ। ਮੈਂ ਕਿਉਂ ਗੱਲਾਂ ਕਰਦਾ? ਮੈਂ ਇਨਸ਼ਾਅੱਲਾ ਕਰਦਾ ਕਿ ਮੈਨੂੰ ਕੋਈ ਜਿਹੜਾ ਮੈਂ ਜੇ ਤਾਂ ਮੈਂ ਝੂਠਾ ਤਾਂ ਮੈਨੂੰ ਝੂਠਾ ਕਹੋ, ਜੇ ਮੈਂ ਸੱਚਾ ਤਾਂ ਮੈਨੂੰ ਸੱਚਾ ਕਹੋ। ਜੱਗ ਤਰਫਾ ਫੈਸਲਾ ਨਹੀਂ ਹੋਣਾ ਚਾਹੀਦਾ ਵੀ ਯਕਦਮ ਹੀ ਇੱਕ ਦੂਜੇ ਨੂੰ।
ਫਿਰ ਮਨ ਤਾਂ ਲੱਗਦਾ ਨਾ ਹੁਣ ਸਿਰਾਣਾ ਮੇਰੇ ਕੋਲ ਆ ਜੀ, ਦੇਖੋ ਮੇਰੇ ਕੋਲ ਸਿਰਾਣਾ ਪਿਆ ਜੀ। ਮੈਂ ਮਿਸਾਲ ਦਿੰਦਾ ਕਿ ਭੈਣ ਭਰਾ ਨੂੰ 100 ਘੋਟੇ ਜੀ ਕਿ ਸਿਰਾਣਾ ਮੇਰੇ ਕੋਲ, ਮੈਂ ਆਟਾ ਸਿਰ ਥਲੇ ਰੱਖਦਾ। ਹੁਣ ਸਿਰਾਣਾ ਮੇਰੇ ਕੋਲ ਖੋ ਕੇ ਪਹਿਲਾਂ ਚੱਲ ਜਾਵੇ ਸਿਰਾਣਾ, ਕਿਉਂਕਿ ਮੈਂ ਤੇਰੇ ਕੋਲ ਨਹੀਂ ਹੁੰਦਾ ਵੀ, ਮੈਂ ਤੇ ਸਿਰ ਥਲੇ ਨਹੀਂ ਟਿਕਣਾ, ਤਾਂ ਮੇਰਾ ਅਰਮਾਨ ਤਾਂ ਲੱਗਣਾ ਨਾ। ਹਾਂਜੀ ਹਾਂਜੀ ਬਿਲਕੁਲ ਇਸ ਤਰ੍ਹਾਂ, ਮੇਰਾ ਅਰਮਾਨ ਤਾਂ ਲੱਗਣਾ ਨਾ ਵੀ ਮੈਂ ਤਾਂ ਕੁਛ ਕਿਹਾ ਹੀ ਨਹੀਂ ਸਿਰਾਣੇ ਨੂੰ, ਕੀ ਹੋ ਗਿਆ ਰੁੱਸ ਗਿਆ ਮੈਨੂੰ। ਖੈਰ ਕਰੇ ਮੀਆਂ, ਚਲੋ ਅਸੀਂ ਵਾਪਸ ਆ ਚੁੱਕੇ ਹਾਂ ਆਪਣੇ ਘਰ। ਹਾਂਜੀ ਹਾਂਜੀ ਬਿਲਕੁਲ, ਦੂਸਰੇ ਵੀ ਆ ਜਾਣਗੇ ਹੌਲੀ ਹੌਲੀ, ਉਹ ਵੀ ਸਵੇਰੇ ਨੇ ਤੇ ਸ਼ਾਮੀ ਨੇ ਤੇ ਸਵੇਰੇ ਆ ਜਾਣਗੇ। ਉਹਨਾਂ ਨੇ ਨਾਲ ਹੀ ਜਾਣਾ ਸੀ ਜੇ ਤੈਨੂੰ ਘਰ ਦੀ ਪਰੇਸ਼ਾਨੀ ਨਾ ਬਣਦੀ, ਕਿਉਂਕਿ ਸਾਡੀ ਬੇਟੀ ਦੀ ਵੱਡੀ ਰਾਵੀਆ ਦੀ ਤਸਵੀਰ ਬਹੁਤ ਤਬੀਅਤ ਖਰਾਬ ਹੋ ਗਈ, ਬਹੁਤ ਜ਼ਿਆਦਾ ਖਰਾਬ ਹੋ ਗਈ, ਬਹੁਤ ਸੀਰੀਅਸ ਹੋ ਗਈ ਸੀ। ਅਲਹਮਦੁਲਿਲਾ ਜ਼ਿੰਦਗੀ ਭਾਵ ਮੌਤ ਮੇਰੇ ਅੱਲਾ ਦੇ ਹੱਥ ਵਾਸਾ, ਬਾਕੀ ਦੁੱਖ ਸੁੱਖ ਹੁੰਦੇ ਰਹਿੰਦੇ ਤੇ ਕੋਈ ਨਹੀਂ, ਹੁਣ ਤਾਂ ਠੀਕ ਆ। ਲਖਾਇਆ ਕਰੇ ਡ੍ਰਿਪਾਂ ਡੁੱਪਾਂ ਲਾਈਆਂ, ਦਵਾਈਆਂ ਦਵਾਈਆਂ ਲਾਈਆਂ, ਠੀਕ ਆ ਹੁਣ ਸਰਕਾਰੀ ਹਸਪੀਟਲ ਵੀ ਭੱਜੇ ਰਹੇ ਜੁਮੇ ਵਾਲੇ ਦਿਨ ਵੀ, ਜੁਮਾ ਨੂੰ ਬਾਰਾਂ ਵਾਲੇ ਦਿਨ ਵੀ ਗਏ ਸਰਕਾਰੀ 'ਚ ਲੈ ਕੇ, ਫਿਰ ਕੱਲ੍ਹ ਦੀ ਦਿਹਾੜੀ 'ਚ 2 ਡ੍ਰਿਪਾਂ ਲੱਗ ਗਈਆਂ ਬੱਚੀ ਨੂੰ। ਕੋਈ ਗੱਲ ਨਹੀਂ, ਅੱਲਾ ਖੈਰ, ਬਹੁਤ ਹੀ ਸੀਰੀਅਸ ਹੋ ਗਈ ਸੀ, ਡਾਕਟਰ ਘਰ ਆ ਕੇ ਲਗਾਉਣ ਲੱਗ ਗਿਆ ਡ੍ਰਿਪਾਂ। ਇਜਾਜ਼ਤ ਗਲਤੀ ਕੇ ਸਾਫੀ ਦੀ ਮਾਫੀ ਜੋੜ ਕੇ, ਤੇ ਬਾਕੀ ਫੈਸਲਾ ਮੇਰੇ ਅੱਲਾ ਨੇ ਕਰਨਾ ਜਾਂ ਮੇਰੇ ਭੈਣ ਭਰਾ ਨੇ। ਅੱਲਾ ਸੋਹਣੇ ਦੇ ਵਾਲੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੇ। ਓਕੇ ਜੀ, ਅੱਲਾ ਹਾਫਿਜ਼।